ਖਬਰ ਲੈਂਦੇ ਹਾਂ ਦੌਰਾਹੇ ਤੋਂ। ਪੰਜਾਬ ਵਿੱਚ ਅਣਕਿਆਸੇ ਹੜ੍ਹਾਂ ਦੀ ਮਾਰ ਝੱਲ ਰਹੇ ਪੇਂਡੂ ਲੋਕਾਂ ਲਈ ਜਿੱਥੇ ਸਮਾਜ ਸੇਵੀ ਸੰਸਥਾਵਾਂ ਤੇ ਹਮਦਰਦ ਲੋਕ ਸਹਾਇਤਾ ਲਈ ਅੱਗੇ ਆ ਰਹੇ ਨੇ, ਉੱਥੇ ਹੀ ਦੁਨੀਆ ਭਰ ਵਿੱਚ ਹਰ ਵਰਗ ਦੀ ਮਦਦਗਾਰ ਵਜੋਂ ਜਾਣੀ ਜਾਂਦੀ ਸਮਾਜ ਸੇਵੀ ਸੰਸਥਾ ਖਾਲਸਾ ਏਡਜ਼ ਦੇ ਵਲੰਟੀਅਰ ਹੜ੍ਹਾਂ ਦੇ ਪਾਣੀ ਵਿੱਚ ਘਿਰੇ ਲੋਕਾਂ ਲਈ ਰਾਸ਼ਨ ਪਾਣੀ ਅਤੇ ਹੋਰ ਲੋੜੀਂਦੀਆਂ ਵਸਤੂਆਂ ਨੂੰ ਪੁੱਜਦਾ ਕਰਨ ਦਾ ਫਰਜ਼ ਨਿਭਾ ਰਹੇ ਸਨ। ਖਾਲਸਾ ਏਡ ਵੱਲੋਂ ਮੁੜ ਬਸੇਬਾ ਮਿਸ਼ਨ ਅਧੀਨ ਪੀੜਤ ਲੋਕਾਂ ਨੂੰ ਵਧੀਆ ਨਸਲ ਦੀਆਂ ਮੱਝਾਂ ਦੇਣ ਦਾ ਉਪਰਾਲਾ ਪੰਜਾਬ ਦੇ ਲੋਕਾਂ ਨੇ ਸ਼ਲਾਘਾਯੋਗ ਕਦਮ ਕਰਾਰ ਦਿੱਤਾ ਹੈ। ਅੱਜ ਜਿਉਂ ਹੀ ਖਾਲਸਾ ਏਡ ਦੇ 10 ਟੈਂਪੂ 20 ਮੱਝਾਂ ਲੱਦ ਕੇ ਰੋਪੜ ਸਾਈਡ ਨੂੰ ਜਾ ਰਹੇ ਸਨ ਤਾਂ ਨੀਲੋ ਕੋਲ ਲੱਗੇ ਟੋਲ ਟੈਕਸ ਵਾਲਿਆਂ ਨੇ ਟੈਂਪੂ ਰੋਕ ਲਏ ਅਤੇ ਟੋਲ ਟੈਕਸ ਲੈ ਕੇ ਹੀ ਲੰਘਣ ਦਿੱਤਾ। ਕਰੀਬ ਅੱਧਾ ਘੰਟਾ ਕੜਕਦੀ ਧੁੱਪ ਵਿੱਚ ਟੈਂਪੂਆਂ ਵਿੱਚ ਲੱਗੇ ਵਛੇਰੂ ਅਤੇ ਮੱਝਾਂ ਦਾ ਬੁਰਾ ਹਾਲ ਹੋ ਗਿਆ, ਪਰ ਕੋਈ ਵੀ ਅਧਿਕਾਰੀ ਮੌਕੇ ਤੇ ਹਾਜ਼ਰ ਨਾ ਹੋਣ ਕਰਕੇ ਖਾਲਸਾ ਏਡਜ਼ ਦੇ ਵਲੰਟੀਅਰ ਨੇ ਟੋਲ ਅਦਾ ਕੀਤਾ ਤੇ ਆਪਣੀ ਮੰਜ਼ਿਲ ਵੱਲ ਚਲੇ ਗਏ। ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਕਿਸ ਕੰਮ ਜਾ ਰਹੇ ਹੋ? ਅਸੀਂ ਸੇਵਾ ਲਈ ਜਾ ਰਹੇ ਹਾਂ ਜੀ, ਮੱਝਾਂ ਲੈ ਕੇ ਜਾ ਰਹੇ ਹਾਂ। ਅੱਛਾ, ਇਹ ਕਿੰਨੇ ਟੈਂਪੂ ਨੇ ਜੀ? ਇਹ 9 ਟੈਂਪੂ ਹੈ। ਕਿੰਨੇ ਮੱਝਾਂ ਕੋਲ ਇਹਨਾਂ ਵਿੱਚ? 18 ਮੱਝਾਂ ਜੀ। ਇਹ ਟੋਲ ਟੈਕਸ ਤੁਹਾਨੂੰ ਟੋਲ ਟੈਕਸ ਤੁਹਾਨੂੰ ਕੀ ਕਹਿ ਰਹੇ ਆ? ਟੋਲ ਟੈਕਸ ਵਾਲੇ ਜੀ ਕਹਿ ਰਹੇ ਆ ਵੀ ਪੇ ਕਰਨਾ ਪਊਗਾ ਤੇ ਅਸੀਂ ਕਰ ਦਿੰਦੇ ਹਾਂ ਜੀ, ਕੋਈ ਗੱਲ ਨਹੀਂ। ਦੁਰਾਹੇ ਤੋਂ ਜ਼ਿਲ੍ਹਾ ਇੰਚਾਰਜ ਲਾਲ ਸਿੰਘ ਮਾਂਗੜ ਦੀ ਰਿਪੋਰਟ।